ਉੱਪਰ ਲਗਾਤਾਰ ਰਸ਼ੀਆ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ, ਮਿਸਾਈਲਾਂ ਦਾਗੀਆਂ ਜਾ ਰਹੀਆਂ ਨੇ, ਧਮਾਕਿਆਂ ਦੀ ਆਵਾਜ਼ ਹਰ ਪਾਸੇ ਸੁਣਾਈ ਦੇ ਰਹੀ ਹੈ। ਇਸੇ ਦਰਮਿਆਨ ਵੱਡੀ ਚਿੰਤਾ ਇੰਡੀਆ ਦੇ ਵਾਸਤੇ ਬਣੀ ਹੋਈ ਹੈ, ਜੋ ਉੱਥੇ ਇਸ ਵਕਤ ਭਾਰਤੀ ਨਾਗਰਿਕ ਫਸੇ ਹੋਏ ਨੇ। ਕਾਫੀ ਜ਼ਿਆਦਾ ਜੋ ਸਟੂਡੈਂਟ ਵੀਜ਼ਾ ਦੇ ਉੱਪਰ ਗਏ ਹੋਏ ਨਾਗਰਿਕ ਮੌਜੂਦ ਨੇ, ਜੋ ਪੜ੍ਹਨ ਦੇ ਵਾਸਤੇ ਯੂਕਰੇਨ ਗਏ ਤੇ ਹੁਣ ਇਸ ਯੁੱਧ ਦੇ ਦਰਮਿਆਨ ਉੱਥੇ ਫਸ ਗਏ ਨੇ। ਉਹਨਾਂ ਨੂੰ ਮੈਟਰੋ ਸਟੇਸ਼ਨ ਤੇ ਜੋ ਅੰਡਰਗਰਾਊਂਡ ਮੈਟਰੋ ਸਟੇਸ਼ਨ ਨੇ ਉੱਥੇ ਜਾ ਕੇ ਰੁਕਣ ਦੇ ਵਾਸਤੇ, ਪਨਾਹ ਲੈਣ ਦੇ ਵਾਸਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸੇ ਦਰਮਿਆਨ ਭਾਰਤ ਸਰਕਾਰ ਨੇ ਪਲਾਨ ਬਣਾਇਆ ਕਿ ਕਿਵੇਂ ਇਹਨਾਂ ਨਾਗਰਿਕਾਂ ਨੂੰ ਆਪਣੇ ਦੇਸ਼ ਵਾਪਸ ਬੁਲਾਇਆ ਜਾ ਸਕੇ, ਦੇਸ਼ ਤੱਕ ਵਾਪਸ ਲਿਆਂਦਾ ਜਾ ਸਕੇ। ਇਹਦੇ ਵਾਸਤੇ ਇੰਡੀਅਨ ਗਵਰਨਮੈਂਟ ਨੇ, ਮੋਦੀ ਸਰਕਾਰ ਨੇ ਰਾਤੀ ਇੱਕ ਮੀਟਿੰਗ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਹੇਠ ਇੱਕ ਕੈਬਨਿਟ ਮੀਟਿੰਗ ਕੀਤੀ ਗਈ, ਜਿਹਦੇ ਵਿੱਚ ਪਲਾਨ ਬਣਾਇਆ ਗਿਆ ਕਿ ਜੋ ਲੋਕ ਫਸੇ ਹੋਏ ਨੇ, 20,000 ਦੇ ਕਰੀਬ ਦੱਸੇ ਜਾ ਰਹੇ ਨੇ ਕੁੱਲ ਲੋਕ, ਅਤੇ ਜੋ ਅੰਕੜੇ ਨੇ ਉਹਨਾਂ ਦੇ ਮੁਤਾਬਕ ਇਹਨਾਂ ਲੋਕਾਂ ਨੂੰ ਕੱਢਣ ਦੇ ਵਾਸਤੇ ਕੈਬਨਿਟ ਕਮੇਟੀ ਦੀ ਬੈਠਕ ਬੁਲਾਈ ਗਈ। ਬੈਠਕ ਦੇ ਵਿੱਚ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਅਤੇ ਯੂਕਰੇਨ ਦੀ ਸਥਿਤੀ ਦੇ ਉੱਪਰ ਚਰਚਾ ਹੋਈ। ਭਾਰਤ ਹੰਗਰੀ, ਸਲੋਵਾਕੀਆ, ਪੋਲੈਂਡ ਅਤੇ ਰੋਮਾਨੀਆ ਦੇ ਜ਼ਰੀਏ ਸੜਕ ਰਾਸਤਿਆਂ ਤੋਂ ਇੰਡੀਅਨਸ ਨੂੰ ਕੱਢਣ ਦੇ ਉੱਪਰ ਆਪਣਾ ਧਿਆਨ ਬਣਾ ਕੇ ਰੱਖਿਆ ਹੋਇਆ। ਯੂਕਰੇਨ ਦੇ ਵਿੱਚ ਰੂਸ ਦੇ ਹਮਲੇ ਦੇ ਬਾਅਦ ਜਿੱਥੇ ਹਜ਼ਾਰਾਂ ਭਾਰਤੀ ਫਸੇ ਨੇ, ਅਜਿਹੇ ਵਿੱਚ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੇ ਵਾਸਤੇ ਕੂਟਨੀਤਿਕ ਪਹਿਲ ਕੀਤੀ ਹੈ। ਪਹਿਲਾਂ ਵਿਸ਼ੇਸ਼ ਵਿਮਾਨ ਚਲਾਏ ਗਏ, ਲੇਕਿਨ ਕੱਲ੍ਹ ਜਦੋਂ ਏਅਰ ਸਪੇਸ ਹੀ ਬੰਦ ਹੋ ਗਿਆ ਤਾਂ ਏਅਰ ਇੰਡੀਆ ਦਾ ਉੱਥੇ ਗਿਆ ਹੋਇਆ ਵਿਮਾਨ ਵੀ ਖਾਲੀ ਵਾਪਸ ਮੁੜਿਆ। ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਕੀਵ ਏਅਰਪੋਰਟ ਖਾਲੀ ਕਰਾ ਦਿੱਤਾ ਗਿਆ ਸੀ। ਤਾਂ ਉਸਦੇ ਬਾਅਦ ਲਗਾਤਾਰ ਸਵਾਲ ਉਹਨਾਂ ਲੋਕਾਂ ਦੀ ਸੁਰੱਖਿਆ ਦਾ ਸੀ। ਉੱਥੋਂ ਵੀਡੀਓ ਸਾਹਮਣੇ ਆ ਰਹੀਆਂ ਨੇ, ਮਦਦ ਦੀ ਗੁਹਾਰ ਲਗਾ ਰਹੇ ਨੇ ਜੋ ਭਾਰਤੀ ਫਸੇ ਹੋਏ ਨੇ ਯੂਕਰੇਨ ਦੇ ਵਿੱਚ, ਆਪਣੇ ਦੇਸ਼ ਆਉਣਾ ਚਾਹੁੰਦੇ ਨੇ। ਤਾਂ ਉਹਨਾਂ ਨੂੰ ਕੱਢਣ ਦੇ ਵਾਸਤੇ ਹੁਣ ਭਾਰਤ ਸਰਕਾਰ ਨੇ ਇਹ ਪਲਾਨ ਬਣਾਇਆ। ਯੂਕਰੇਨ 'ਚ ਰੂਸ ਸਮਿਆਂ ਦੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਯੂਕਰੇਨ 'ਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੀ ਜਤਾਈ ਅਤੇ ਉਸ ਤੋਂ ਅਵਗਤ ਵੀ ਕਰਾਇਆ। ਵਲਾਦੀਮਿਰ ਪੁਤਿਨ ਨੂੰ ਪੀਐਮ ਨੇ ਕਿਹਾ ਕਿ ਭਾਰਤ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਨਿਕਾਸ ਅਤੇ ਭਾਰਤ ਵਾਪਸ ਬੁਲਾਉਣ ਨੂੰ ਸਭ ਤੋਂ ਜ਼ਿਆਦਾ ਜੋ ਅੱਗੇ ਰੱਖੇਗਾ, ਪਹਿਲ ਦਿੰਦਾ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਯੂਕਰੇਨ 'ਚ ਫਸੇ ਕਰੀਬ 16,000 ਭਾਰਤੀ ਦੀ ਸੁਰੱਖਿਆ ਨੂੰ ਲੈ ਕੇ ਕੈਬਨਿਟ ਕਮੇਟੀ ਦੀ ਬੈਠਕ ਬੁਲਾਈ। ਬੈਠਕ ਦੇ ਵਿੱਚ ਨਾਗਰਿਕਾਂ ਨੂੰ ਕੱਢਣ ਦੇ ਉੱਪਰ ਚਰਚਾ ਹੋਈ। ਇਹ ਪਲਾਨ ਬਣਾਇਆ ਗਿਆ ਕਿ ਭਾਰਤ ਹੰਗਰੀ, ਪੋਲੈਂਡ, ਸਲੋਵਾਕੀਆ ਅਤੇ ਰੋਮਾਨੀਆ ਦੇ ਜ਼ਰੀਏ ਸੜਕ ਰਾਸਤਿਆਂ ਤੋਂ ਇੰਡੀਅਨਸ ਨੂੰ ਕੱਢਣ ਦੀ ਕੋਸ਼ਿਸ਼ ਕਰੇਗਾ। ਇਸ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਇਹ ਦੇਸ਼ਾਂ ਦੀ ਸਰਹੱਦ ਯੂਕਰੇਨ ਦੇ ਨਾਲ ਲੱਗਦੀ ਹੈ ਅਤੇ ਹੁਣ ਸੜਕੀ ਮਾਰਗ ਦੇ ਜ਼ਰੀਏ ਇਹਨਾਂ ਨੂੰ ਕੱਢਣ ਦੀ ਤਿਆਰੀ ਜੋ ਹੈ ਉਹ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਦਾ ਮਕਸਦ ਹੈ ਕਿ ਇਹਨਾਂ ਲੋਕਾਂ ਨੂੰ ਸੁਰੱਖਿਅਤ ਆਪਣੇ ਦੇਸ਼ ਵਾਪਸ ਲਿਆਂਦਾ ਜਾਵੇ। ਇਸੇ ਦਰਮਿਆਨ ਜੋ ਸਰਕਾਰ ਦੇ ਵੱਲੋਂ ਬਿਆਨ ਆ ਰਹੇ ਉਸਦੇ ਮੁਤਾਬਕ ਯੂਕਰੇਨ ਦੇ ਵਿੱਚ ਕਰੀਬ 20,000 ਭਾਰਤੀ ਨਾਗਰਿਕ ਫਸੇ ਹੋਏ ਨੇ। ਇਹਨਾਂ ਦੇ ਵਿੱਚੋਂ ਕਰੀਬ 4,000 ਲੋਕ ਪਿਛਲੇ ਦਿਨਾਂ ਦੇ ਵਿੱਚ ਆਪਣੇ ਦੇਸ਼ ਵਾਪਸ ਆ ਚੁੱਕੇ ਨੇ। ਜੋ ਵਿਸ਼ੇਸ਼ ਵਿਮਾਨ ਚਲਾਏ ਗਏ ਸੀ ਜਦੋਂ ਉਸ ਤੋਂ ਪਹਿਲਾਂ ਨੋਰਮਲ ਫਲਾਈਟਸ ਵੀ ਚੱਲਦੀਆਂ ਪਈਆਂ ਸੀਗੀਆਂ, ਉਦੋਂ 4,000 ਦੇ ਕਰੀਬ ਲੋਕ ਆਪਣੇ ਦੇਸ਼ ਵਾਪਸ ਆ ਚੁੱਕੇ ਨੇ। ਲੇਕਿਨ 20,000 ਦੇ ਕਰੀਬ ਲੋਕ ਹਾਲੇ ਵੀ ਜੋ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। 16,000 ਲੋਕ ਇਹਦੇ 'ਚੋਂ ਫਸੇ ਨੇ, 4,000 ਭਾਰਤ ਆ ਚੁੱਕੇ ਨੇ। ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਦੇ ਸੜਕੀ ਮਾਰਗਾਂ ਦੇ ਜ਼ਰੀਏ ਇਹਨਾਂ ਨੂੰ ਕੱਢਣ ਦੇ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਦਾ ਇਹ ਮਿਸ਼ਨ ਹੈ। ਮਿਸ਼ਨ 'ਚ ਯੂਕਰੇਨ ਦੇ ਬਾਰਡਰ ਖੇਤਰਾਂ ਦੇ ਵਿੱਚ ਟੀਮਾਂ ਨੂੰ ਭੇਜਿਆ ਜਾਏਗਾ ਤਾਂ ਕਿ ਭਾਰਤੀਆਂ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਭਾਰਤ ਲਿਆਂਦਾ ਜਾ ਸਕੇ। ਇਸੇ ਦਰਮਿਆਨ ਜੋ ਪੋਲੈਂਡ ਦੇ ਵਿੱਚ ਭਾਰਤੀ ਅੰਬੈਸਡਰ ਨੇ, ਉਹਨਾਂ ਦਾ ਕਹਿਣਾ ਹੈ ਕਿ ਪੋਲਿਸ਼ ਯੂਕਰੇਨੀ ਸੀਮਾ ਦੇ ਉੱਪਰ ਇੱਕ ਖਾਸ ਤਰੀਕੇ ਦਾ ਪਨਾਹ ਵਾਲਾ ਕੈਂਪ ਬਣਾਇਆ ਜਾ ਰਿਹਾ ਤਾਂ ਕਿ ਪੋਲੈਂਡ ਦੀ ਮਦਦ ਦੇ ਨਾਲ ਭਾਰਤੀਆਂ ਨੂੰ ਯੂਕਰੇਨ ਤੋਂ ਬਾਹਰ ਨਿਕਲਣ ਦੇ ਵਿੱਚ ਹੈਲਪ ਹੋ ਸਕੇ। ਪੋਲੈਂਡ ਦੀ ਸਰਹੱਦ ਦੇ ਉੱਪਰ ਜੋ ਬਾਰਡਰ ਲੱਗਦਾ ਯੂਕਰੇਨ ਦਾ ਪੋਲੈਂਡ ਦੇ ਨਾਲ, ਉੱਥੇ ਇਹ ਕੈਂਪ ਬਣਾਇਆ ਜਾ ਰਿਹਾ ਜਿਹਦੇ ਨਾਲ ਲੋਕ ਬਾਹਰ ਆ ਸਕਣਗੇ ਯੂਕਰੇਨ ਤੋਂ ਅਤੇ ਫਿਰ ਪੋਲੈਂਡ ਦੇ ਜ਼ਰੀਏ ਉਹਨਾਂ ਨੂੰ ਆਪਣੇ ਦੇਸ਼ ਬੁਲਾਇਆ ਜਾ ਸਕੇ। ਇਸੇ ਤਰੀਕੇ ਨਾਲ ਲਵਿਵ ਨਾਮ ਦੀ ਇੱਕ ਜਗ੍ਹਾ ਜਿੱਥੇ ਆਫਿਸ ਬਣਾਇਆ ਜਾ ਰਿਹਾ ਹੈ ਤਾਂ ਇਹਨਾਂ ਦੇਸ਼ਾਂ ਦੇ ਰਾਹੀਂ ਜੋ ਹੈ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਏਗਾ। ਵਿਦੇਸ਼ ਮੰਤਰਾਲੇ, ਰੱਖਿਆ ਮੰਤਰਾਲੇ ਲਗਾਤਾਰ ਸੰਪਰਕ ਦੇ ਵਿੱਚ ਹੈ, ਗੱਲਬਾਤ ਕੀਤੀ ਜਾ ਰਹੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਲੋੜ ਪੈਣ ਦੇ ਉੱਪਰ ਇੰਡੀਅਨਸ ਨੂੰ ਉੱਥੋਂ ਏਅਰ ਲਿਫਟ ਵੀ ਕੀਤਾ ਜਾ ਸਕਦਾ ਹੈ। ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਇਹ ਪਲਾਨ ਭਾਰਤ ਸਰਕਾਰ ਨੇ ਬਣਾਇਆ ਹੈ ਉੱਥੋਂ ਦੇ ਜੋ ਲੋਕ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਵਾਸਤੇ। ਲਗਾਤਾਰ ਇੱਥੇ ਸਿਆਸਤ ਵੀ ਗਰਮਾਈ ਹੋਈ ਹੈ, ਵਿਰੋਧੀ ਨਿਸ਼ਾਨਾ ਸਾਧ ਰਹੇ ਨੇ ਕਿ ਸਮੇਂ ਰਹਿੰਦੇ ਆਪਣੇ ਲੋਕਾਂ ਨੂੰ ਕਿਉਂ ਨਹੀਂ ਕੱਢਿਆ ਗਿਆ। ਇਹ ਮੋਦੀ ਗਵਰਨਮੈਂਟ ਦਾ ਫੇਲੀਅਰ ਇਸ ਨੂੰ ਦੱਸਿਆ ਜਾ ਰਿਹਾ ਹੈ। ਤਾਂ ਅਜਿਹੀਆਂ ਹਮਲਿਆਂ ਦੇ ਵਿਚਾਰੇ ਮਿਸ਼ਨ ਏਅਰ ਲਿਫਟ ਜੋ ਹੈ ਭਾਰਤ ਦਾ, ਉਹ ਇਹਨਾਂ ਲੋਕਾਂ ਨੂੰ ਕੱਢਣ ਦੇ ਵਾਸਤੇ ਬਣਾਇਆ ਗਿਆ। 20,000 ਭਾਰਤੀ
फसे सन जिन्हों के 4,000 वापस आ चुके ने। यह जानकारी सामने आ रही है सरकार के वालों, तो 16,000 के करीब लोग ने जिन्हों की सुरक्षा को लेकर चिंता है। तो रात बैठक बुलाई गई है, कोशिश की जा रही है कि इन्हों सड़की मार्ग के जरिए कढ़िया जा सके, लोड़ पैण के उपर एयरलिफ्ट किया जा सके, यदि तैयारी भी की जा रही है। हमलों के बाद लगातार उत्थे लोग फसे हुए ने, ते हुण यह नवां मिशन भारत सरकार ने लॉन्च किया है हंगरी पोलैंड स्लोवाकिया रोमानिया के जरिए रोड्स बाय रोड इन्हां लोगों को कढ़न की कोशिश की जाएगी, लोड़ पैण के उपर एयरलिफ्ट किया जा सके, यदि तैयारी भी की जा रही है। लगातार जो अफसर ने, विदेश मंत्रालय ने, अंबैसडर ने, एक दूजे के संपर्क के कोशिश की जा रही है 16,000 भारतीयों अपने देश वापस बुलाया जा सके, सुरक्षित उतों कढ़िया जा सके। जिन्होंने फिलहाल जो अंडरग्राउंड मैट्रो स्टेशन से उत्थे जाने के वास्ते सुरक्षित थान के उपर पनाह लैन के वास्ते एडवाइजरी जारी की गई है। यूक्रेन और रूस की जंग के दरमियान इंडियन बारे भी हर अपडेट तुम्हें अं देते रहेंगे। बने रहो दैनिक सवेरा टीवी के नाल।